सत श्री अकाल, नमस्ते, आदाब। नवी वीडियो लैके आ गए हैं दोबारे तो जनाब। तो जिमें कि तुम थंबनेल दे विच देख चुके हो कि अज की वीडियो अपनी होने जा रही है वीजा मैडिकल प्रोसैस के उत्ते। तो वीडियो शुरू करने तो पहला मैं थोड़ा दसना चाहूँगा कि इस वीडियो दे विच की कवर किया गा। मैं तो सब तो पहली गल, आपको डॉक्यूमेंट कि चाहिए होंगे ने जो आप विजिट करते हैं हॉस्पिटल के। दूजी गल, ਕਿਹੜੇ ਕਿਹੜੇ ਸਟੈਪ ਨੇ ਜਿਹੜੇ ਆਪਾਂ ਨੂੰ ਫੋਲੋ ਕਰਨੇ ਪੈਂਦੇ ਆ ਡਿਊਰਿੰਗ ਦੀ ਵੀਜ਼ਾ ਮੈਡੀਕਲ। ਅਤੇ ਤੀਜਾ ਆਪਾਂ ਕਵਰ ਕਰਾਂਗੇ ਵੀ ਫੀਸ ਕਿੰਨੀ ਆ ਵਿਦ ਟੈਟੂ ਅਤੇ ਵਿਦਆਊਟ ਟੈਟੂ। ਅਤੇ ਲਾਸਟ ਦੇ ਵਿੱਚ ਬਸ ਇਹੀ ਕਹੂੰਗਾ ਭਾਈ, ਸਬਸਕ੍ਰਾਈਬ ਕਰ ਲਿਓ ਚੈਨਲ ਨੂੰ, ਕਿਉਂਕਿ ਇਹੋ ਜਿਹੀਆਂ ਇਨਫੋਰਮੇਟਿਵ ਵੀਡੀਓ ਅੱਗੇ ਆਉਂਦੀਆਂ ਰਹਿਣਗੀਆਂ। ਪਹਿਲਾਂ ਵੀ ਵੀਡੀਓ ਬਣਾ ਚੁੱਕਿਆ ਗਾ, ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀਆਂ, ਕੈਨੇਡਾ ਜਰਨੀ ਕਰਕੇ ਪਲੇਲਿਸਟ ਬਣਾਈ ਹੋਈ ਹੈ ਮੈਂ, ਉਸ ਦੇ ਵਿੱਚ ਤੁਸੀਂ ਸਾਰੇ ਵੀਡੀਓ ਦੇਖ ਕੇ ਅਤੇ ਇਨਫੋਰਮੇਸ਼ਨ ਲੈ ਸਕਦੇ ਹੋ। ਤਾਂ ਵਿਦਆਊਟ ਐਨੀ ਵੇਸਟਿੰਗ ਟਾਈਮ ਵੀਡੀਓ ਕਰਦੇ ਹਾਂ ਸ਼ੁਰੂ। ਤਾਂ ਜੀ ਹੁਣ ਆਪਾਂ ਗੱਲ ਕਰਦੇ ਹਾਂ ਡਾਕੂਮੈਂਟ ਰਿਕੁਆਇਰਮੈਂਟ ਦੀ। ਜਿਵੇਂ ਕਿ ਤੁਹਾਨੂੰ ਪਤਾ ਗਾ ਆਪਣਾ ਮੇਨ ਹੁੰਦਾ ਗਾ ਪਾਸਪੋਰਟ, ਅਤੇ ਉਸ ਤੋਂ ਬਾਅਦ ਆਧਾਰ ਕਾਰਡ ਅਤੇ ਕੋਵਿਡ ਵੈਕਸੀਨ ਵਾਲਾ ਸਰਟੀਫਿਕੇਟ, ਅਤੇ ਜਿਹੜੀ ਆਪਾਂ ਅਪੁਆਇੰਟਮੈਂਟ ਔਨਲਾਈਨ ਬੁੱਕ ਕਰਾਈ ਹੁੰਦੀ ਆ ਉਹਦੀ ਇੱਕ ਆਈਡੀ ਆਉਂਦੀ ਹੁੰਦੀ ਆ, ਜਿਹੜੀ ਆਪਾਂ ਫੀਸ ਉਹਨਾਂ ਨੂੰ ਪੇ ਕਰੀ ਹੁੰਦੀ ਆ ਉਹ, ਅਤੇ ਉਸ ਤੋਂ ਬਾਅਦ ਜਿਹੜਾ ਆਪਣਾ ਅਪੁਆਇੰਟਮੈਂਟ ਸਲੋਟ ਜਿਹੜਾ ਹੁੰਦਾ ਗਾ, ਜਿਹੜਾ ਟਾਈਮਿੰਗ ਹੁੰਦੀ ਆ ਉਹਦੀ ਆਪਾਂ ਨੂੰ ਮੇਲ ਆ ਜਾਂਦੀ ਹੁੰਦੀ ਆ। ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ, ਇਸ ਹਿਸਾਬ ਨਾਲ ਮੇਲ ਆ ਜਾਂਦੀ ਆ, ਉਹ ਆਪਾਂ ਫੋਟੋ ਕਾਪੀ ਕਰਵਾ ਕੇ ਨਾਲ ਲੈ ਕੇ ਜਾਣੇ ਹੁੰਦੇ ਨੇ। ਅਤੇ ਕਈ ਜਣੇ ਕਹਿੰਦੇ ਵੀ ਆਫਰ ਲੈਟਰ ਚਾਹੀਦੀ ਆ ਬਈ, ਉੱਥੇ ਅਸੀਂ ਗਏ ਸੀਗੇ ਘੱਟੋ ਘੱਟ ਮੇਰੇ ਨਾਲ 15 ਤੋਂ 20 ਮੁੰਡੇ ਸੀਗੇ, ਉਹਨਾਂ ਨੂੰ ਕਿਸੇ ਨੂੰ ਵੀ ਹੋਰ ਕੋਈ ਡਾਕੂਮੈਂਟ ਨਹੀਂ ਮੰਗਿਆ, ਉਹਨਾਂ ਨੇ ਸਿਰਫ ਜਿਹੜੇ ਮੈਂ ਤੁਹਾਨੂੰ ਦੱਸੇ ਆ ਇਹੀ ਡਾਕੂਮੈਂਟ ਉਹਨਾਂ ਨੇ ਮੰਗੇ ਆ, ਨਾ ਕੋਈ ਫੋਟੋ ਮੰਗੀ ਨਾ ਕੁਛ ਵੀ ਨਹੀਂ ਮੰਗਿਆ ਉਹਨਾਂ ਨੇ। ਹਾਂਜੀ ਹੁਣ ਆਪਾਂ ਗੱਲ ਕਰਦੇ ਹਾਂ ਵੀਜ਼ਾ ਮੈਡੀਕਲ ਪ੍ਰੋਸੈਸ ਦੇ ਬਾਰੇ। ਜਦੋਂ ਆਪਾਂ ਐਂਟਰੀ ਪੁਆਇੰਟ ਦੇ ਉੱਤੇ ਖੜ ਗਏ ਉਸ ਤੋਂ ਬਾਅਦ ਆਪਣੇ ਉਹ ਨਾਮ ਬੋਲਣਗੇ, ਅਤੇ ਉਦੋਂ ਬਾਅਦ ਆਪਾਂ ਜਿਹੜਾ ਡਾਕੂਮੈਂਟ ਹੁੰਦਾ ਗਾ ਟਾਈਮ ਸਲੋਟ ਵਾਲਾ ਉਹ ਉਹਨਾਂ ਨੂੰ ਦਿਖਾਉਣਾ ਗਾ, ਉਸ ਤੋਂ ਬਾਅਦ ਉਹ ਤੁਹਾਨੂੰ ਐਂਟਰੀ ਦੇ ਦੇਣਗੇ। ਐਂਟਰੀ ਤੋਂ ਬਾਅਦ ਰਿਸੈਪਸ਼ਨ ਦੇ ਉੱਤੇ ਜਾਣਾ ਹੁੰਦਾ ਗਾ, ਆਪਾਂ ਡਾਕੂਮੈਂਟ ਮੰਗਣਗੇ, ਆਪਾਂ ਡਾਕੂਮੈਂਟ ਦੇ ਦੇਣੇ ਆ, ਉਸ ਤੋਂ ਬਾਅਦ ਆਪਣਾ ਉਹ ਵੇਟ ਕਰਵਾਉਣਗੇ। ਠੀਕ ਹੈ ਜੀ, ਉੱਥੇ ਨਾਲ ਹੀ ਮਸ਼ੀਨ ਰੱਖੀ ਹੁੰਦੀ ਆ, ਵੇਟ ਕਰਕੇ ਉਸ ਤੋਂ ਬਾਅਦ ਆਪਣੀ ਹਾਈਟ ਜਿਹੜੀ ਹੁੰਦੀ ਆ ਉਹ ਨਾਪਦੇ ਨੇ। ਉਹ ਹਾਈਟ ਨਾਪਣ ਤੋਂ ਬਾਅਦ ਉਹ ਇੱਕ ਫੋਟੋ ਕਲਿੱਕ ਕਰਦੇ ਨੇ ਜਿਹੜੀ ਕਿ ਆਪਣੇ ਡਾਕੂਮੈਂਟ ਦੇ ਉੱਤੇ ਲੱਗਣੀ ਹੁੰਦੀ ਆ। ਉਸ ਤੋਂ ਬਾਅਦ ਇਹ ਪ੍ਰੋਸੈਸ ਕੰਪਲੀਟ ਹੋਣ ਤੋਂ ਬਾਅਦ ਜਿਹੜਾ ਮੈਂ ਰਿਸੈਪਸ਼ਨ ਹੁੰਦਾ ਗਾ ਉਹਦੇ ਉੱਤੇ ਆਪਾਂ ਨੂੰ ਉਹ ਭੇਜਦੇ ਨੇ, ਅਤੇ ਉੱਥੇ ਜਾ ਕੇ ਆਪਣਾ ਆਪਣੀ ਵਾਰੀ ਦੀ ਵੇਟ ਕਰਨੀ ਹੁੰਦੀ ਆ। ਉਸ ਤੋਂ ਬਾਅਦ ਜਿਹੜੇ ਸਾਰੇ ਡਾਕੂਮੈਂਟ ਹੁੰਦੇ ਨੇ ਉਹ ਆਪਾਂ ਉਹਨਾਂ ਨੂੰ ਦੇ ਦੇਣੇ ਆ, ਉਸ ਤੋਂ ਬਾਅਦ ਫਿਰ ਆਪਾਂ ਨੂੰ ਵੇਟ ਕਰਨੀ ਪੈਂਦੀ ਆ, ਫਿਰ ਉਹ ਆਪਾਂ ਨੂੰ ਸ਼ਿਫਟ ਜੀ ਜਾਰੀ ਕਰਕੇ ਦਿੰਦੇ ਹਨ, ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਇਸ ਹਿਸਾਬ ਨਾਲ। ਅਤੇ ਇਹਦੇ ਵਿੱਚ ਆਪਾਂ ਸਾਰੇ ਡਿਟੇਲ ਵਗੈਰਾ ਜਿਹੜੀ ਹੁੰਦੀ ਆ ਉਹ ਚੈੱਕ ਕਰ ਲੈਣੀ ਆ, ਕੋਈ ਵੀ ਐਰਰ ਨਾ ਹੋਵੇ, ਕੋਈ ਸਪੈਲਿੰਗ ਮਿਸਟੇਕ ਨਾ ਹੋਵੇ, ਅਤੇ ਇਹ ਜ਼ਰੂਰ ਦੇਖ ਲਿਓ। ਉਸ ਤੋਂ ਬਾਅਦ ਉਹ ਤੁਹਾਡੇ ਸਾਈਨ ਕਰਵਾਉਣਗੇ ਉਹਦੇ ਉੱਤੇ, ਅਤੇ ਇਹ ਸਭ ਕੁਛ ਹੋਣ ਤੋਂ ਬਾਅਦ ਉਹ ਆਪਾਂ ਨੂੰ ਭੇਜ ਦਿੰਦੇ ਨੇ ਵੀ ਤੁਸੀਂ ਜਾ ਕੇ ਮੈਡੀਕਲ ਕਰਵਾ ਲਓ। ਅਤੇ ਹੁਣ ਆਪਾਂ ਜਾਣਾ ਹੁੰਦਾ ਗਾ ਮੈਡੀਕਲ ਕਰਵਾਉਣ, ਅਤੇ ਮੈਡੀਕਲ ਦੇ ਵਿੱਚ ਆਪਣਾ ਐਕਸਰੇ ਹੁੰਦਾ ਗਾ ਚੈਸਟ ਦਾ, ਅਤੇ ਆਈ ਟੈਸਟ ਹੁੰਦਾ ਗਾ, ਅਤੇ ਬਲੱਡ ਅਤੇ ਯੂਰੀਨ ਟੈਸਟ ਹੁੰਦਾ ਗਾ, ਅਤੇ ਲਾਸਟ ਦੇ ਵਿੱਚ ਹੁੰਦਾ ਫਿਜ਼ੀਕਲ ਚੈੱਕਅਪ ਜਿਹੜੇ ਡਾਕਟਰ ਆਪ ਖੁਦ ਕਰਦੇ ਨੇ ਫਿਜ਼ੀਕਲੀ। ਅਤੇ ਹੁਣ ਆਪਾਂ ਇਹਨਾਂ ਚਾਰਾਂ 'ਚੋਂ ਆਪਾਂ ਕੋਈ ਵੀ ਕਰਵਾ ਸਕਦੇ ਹਾਂ, ਪਹਿਲਾਂ ਇੱਦਾਂ ਨਹੀਂ ਹੁੰਦਾ ਗਾ ਵੀ ਆਪਾਂ ਸਟੈਪ ਬਾਏ ਸਟੈਪ ਚੱਲਣਾ ਗਾ ਵੀ ਪਹਿਲਾਂ ਐਕਸਰੇ ਕਰਾਉਣਾ ਜਾਂ ਆਈ ਟੈਸਟ ਕਰਾਉਣਾ। ਜਿਹੜਾ ਤੁਹਾਡਾ ਮਨ ਕਰੇ ਉਹ ਚੀਜ਼ ਤੁਸੀਂ ਪਹਿਲਾਂ ਕਰਵਾ ਸਕਦੇ ਹੋ, ਜਿਵੇਂ ਕਿ ਮੈਂ ਪਹਿਲਾਂ ਐਕਸਰੇ ਕਰਵਾਇਆ, ਅਤੇ ਐਕਸਰੇ ਕਰਵਾਉਣ ਤੋਂ ਪਹਿਲਾਂ ਆਪਾਂ ਉੱਥੇ ਰਿਸੈਪਸ਼ਨ 'ਤੇ ਜਾਣਾ ਹੁੰਦਾ ਗਾ, ਅਤੇ ਜਿਹੜੇ ਡਾਕੂਮੈਂਟ ਆਪਾਂ ਨੇ ਮੇਨ ਰਿਸੈਪਸ਼ਨ ਤੋਂ ਮਿਲੇ ਹੁੰਦੇ ਨੇ ਉਹ ਉਹਨਾਂ ਨੂੰ ਦੇ ਦੇਣੇ ਆ। ਉਸ ਤੋਂ ਬਾਅਦ ਉਹ ਨੰਬਰ ਵਾਈਜ਼ ਆਪਾਂ ਨੂੰ ਐਕਸਰੇ ਲਈ ਬੁਲਾਉਂਦੇ ਨੇ, ਐਕਸਰਾ ਹੋਣ ਤੋਂ ਬਾਅਦ ਆਪਾਂ ਨੂੰ ਉਹ ਡਾਕੂਮੈਂਟ ਸਾਈਨ ਕਰਕੇ ਪੁੱਠੇ ਦੇ ਦਿੰਦੇ ਨੇ, ਅਤੇ ਉਸ ਤੋਂ ਬਾਅਦ ਮੈਂ ਆਪਾਂ ਜਾਣਾ ਹੁੰਦਾ ਗਾ ਆਈ ਟੈਸਟ ਕਰਵਾਉਣ ਵਾਸਤੇ ਜਾਂ ਦੂਜਾ ਟੈਸਟ ਕਰਵਾਉਣ ਵਾਸਤੇ। ਉੱਥੇ ਵੀ ਸੇਮ ਪ੍ਰੋਸੈਸ ਚੱਲਦੀ ਆ, ਉੱਥੇ ਆਪਾਂ ਡਾਕੂਮੈਂਟ ਦੇ ਦੇਣੇ ਆ, ਉਸ ਤੋਂ ਬਾਅਦ ਉਹਨਾਂ ਨੇ ਟੈਸਟ ਕਰਵਾਉਣਾ ਗਾ। ਜਿਵੇਂ ਆਈ ਟੈਸਟ ਹੋ ਗਿਆ ਮੰਨ ਕੇ ਚੱਲੋ, ਆਈ ਟੈਸਟ ਦੇ ਵਿੱਚ ਆਪਾਂ ਨੂੰ ਕੀ ਕਰਨਾ ਹੁੰਦਾ ਗਾ, ਉਹ ਆਪਾਂ ਨੂੰ ਸੀਟ 'ਤੇ ਬਾਹ ਲੈਣਗੇ, ਅਤੇ ਸਾਹਮਣੇ ਇੱਕ ਸਕਰੀਨ ਲੱਗੀ ਹੋਊਗੀ, ਅਤੇ ਉਹਦੇ ਵਿੱਚ ਵਰਡਿੰਗ ਲਿਖੀ ਹੁੰਦੀ ਹੈ, ਅਤੇ ਉਹ ਆਪਾਂ ਇਸ ਤਰੀਕੇ ਦੇ ਨਾਲ ਇੱਕ ਅੱਖ ਢੱਕ ਕੇ ਫਿਰ ਪੜ੍ਹਨੀ ਹੁੰਦੀ ਹੈ, ਫਿਰ ਉਸ ਤੋਂ ਬਾਅਦ ਦੂਜੀ ਅੱਖ ਢੱਕ ਕੇ ਫਿਰ ਪੜ੍ਹਨੀ ਹੁੰਦੀ ਹੈ। ਜੇਕਰ ਮੰਨ ਕੇ ਚੱਲੋ ਤੁਹਾਡੀ ਆਈਜ਼ ਵਗੈਰਾ ਸਹੀ ਆ, ਹੈ ਨਾ, ਕੋਈ ਦਿੱਕਤ ਵਾਲੀ ਗੱਲ ਨਹੀਂ ਆਈ ਤੁਹਾਨੂੰ ਵੀ ਪੜ੍ਹਨ 'ਚ ਕੋਈ ਦਿੱਕਤ ਨਹੀਂ ਆਈ, ਤਾਂ ਉਹ ਤੁਹਾਨੂੰ ਪਾਸ ਕਰ ਦੇਣਗੇ, ਅਤੇ ਉਹ ਸਾਈਨ ਕਰਕੇ ਤੁਹਾਨੂੰ ਡਾਕੂਮੈਂਟ ਦੇ ਦੇਣ। ਜੇਕਰ ਤੁਹਾਡੀ ਨਿਗਾਹ ਘੱਟ ਹੈ ਤਾਂ ਉਹ ਨਿਗਾਹ ਦੇ ਅਕੋਰਡਿੰਗ ਉਹ ਤੁਹਾਨੂੰ ਲੈਂਸਸ ਦੇਣਗੇ, ਅਤੇ ਉਹ ਆਪਾਂ ਲਾ ਕੇ ਫਿਰ ਉਹੀ ਚੀਜ਼ ਰੀਡ ਕਰਨੀ ਹੁੰਦੀ ਆ। ਠੀਕ ਹੈ ਜੀ, ਜਦੋਂ ਉਹ ਆਪਾਂ ਨੂੰ ਸਾਈਨ ਕਰਕੇ ਡਾਕੂਮੈਂਟ ਦੇ ਦਿੰਦੇ ਆ, ਫਿਰ ਆਪਾਂ ਅਗਲੇ ਟੈਸਟ ਲਈ ਜਾਂਦੇ ਹਾਂ, ਜਿਵੇਂ ਕਿ ਬਲੱਡ ਅਤੇ ਯੂਰੀਨ ਟੈਸਟ ਰਹਿ ਜਾਂਦਾ ਗਾ ਆਪਣਾ ਉਹ ਤੋਂ ਬਾਅਦ,
ਤੇ ਉੱਥੇ ਵੀ ਸੇਮ ਪ੍ਰੋਸੈਸ ਹੁੰਦੀ ਆ, ਜਾ ਕੇ ਆਪਾਂ ਡਾਕੂਮੈਂਟ ਫੜਾ ਦੇਣੇ ਆ ਤੇ ਆਪਣੀ ਵਾਰੀ ਦੀ ਵੇਟ ਕਰਨੀ ਆ। ਜਦੋਂ ਉਹ ਆਪਣੇ ਅੰਦਰ ਸਾਧਦੇ ਨੇ, ਉਹ ਪੁੱਛਣਗੇ ਤੁਹਾਨੂੰ ਵੀ ਤੁਹਾਡੇ ਕੋਈ ਟੈਟੂ ਵਗੈਰਾ ਤਾਂ ਹੈ ਨਹੀਂਗਾ। ਜੇਕਰ ਤੁਹਾਡਾ ਟੈਟੂ ਹੈਗਾ ਤਾਂ ਤੁਸੀਂ ਉਹਨਾਂ ਨੂੰ ਦੱਸ ਦਿਓ ਵੀ ਹਾਂ ਵੀ ਸਾਡੇ ਟੈਟੂ ਹੈਗਾ, ਤੇ ਉਸ ਦੇ ਅਕੋਰਡਿੰਗ ਉਹ ਬਲੱਡ ਕਲੈਕਟ ਕਰਦੇ ਨੇ। ਜਿਵੇਂ ਕਿ ਜਿਨ੍ਹਾਂ ਦੇ ਟੈਟੂ ਨਹੀਂ ਗਾ ਉਹਨਾਂ ਦਾ ਥੋੜ੍ਹਾ ਘੱਟ, ਯਾਨੀ ਕਿ 2 ਸ਼ੀਸ਼ੀਆਂ ਆਈ ਥਿੰਕ ਉਹ ਫਿਲ ਕਰਦੇ ਨੇ, ਪਰ ਜਿਨ੍ਹਾਂ ਦੇ ਟੈਟੂ ਬਣਿਆ ਹੁੰਦਾ ਗਾ ਉਹਨਾਂ ਦੇ 1 ਸ਼ੀਸ਼ੀ ਉਹ ਐਕਸਟਰਾ ਕਲੈਕਟ ਕਰਦੇ ਨੇ, ਕਿਉਂਕਿ ਉਹਨਾਂ ਨੇ ਟੈਟੂ ਵਗੈਰਾ ਦਾ ਜਿਹੜਾ ਟੈਸਟ ਹੁੰਦਾ ਗਾ ਉਹ ਕਰਨਾ ਹੁੰਦਾ ਗਾ। ਅਤੇ ਉਸ ਤੋਂ ਬਾਅਦ ਆਪਾਂ ਨੂੰ ਫਿਰ ਉਹੀ ਪ੍ਰੋਸੈਸ ਕਰਨੀ ਹੁੰਦੀ ਆ, ਉੱਥੋਂ ਆਪਾਂ ਨੂੰ ਸੈਂਡ ਕਰਕੇ ਡਾਕੂਮੈਂਟ ਉਹ ਪੁੱਠੇ ਦੇ ਦੇਣਗੇ। ਫਿਰ ਆਪਾਂ ਜਿਹੜੇ ਡਾਕਟਰ ਹੁੰਦੇ ਨੇ ਜਿਨ੍ਹਾਂ ਤੋਂ ਫਿਜ਼ੀਕਲ ਟੈਸਟ ਕਰਵਾਉਣਾ ਹੁੰਦਾ ਗਾ, ਉੱਥੇ ਉਹਨਾਂ ਦੇ ਰਿਸੈਪਸ਼ਨ 'ਤੇ ਜਾਣਾ ਗਾ, ਉਹਨਾਂ ਦੇ ਰਿਸੈਪਸ਼ਨ 'ਤੇ ਜਾ ਕੇ ਡਾਕੂਮੈਂਟ ਦੇ ਦੇਣੇ ਨੇ। ਉਸ ਤੋਂ ਬਾਅਦ ਆਪਾਂ ਆਪਦੀ ਵਾਰੀ ਦੀ ਵੇਟ ਕਰਨੀ ਹੈ। ਜਦੋਂ ਉਹ ਆਪਾਂ ਨੂੰ ਅੰਦਰ ਬੁਲਾਉਂਦੇ ਨੇ ਅਤੇ ਡਾਕਟਰ ਆਪਾਂ ਨੂੰ 4-5 ਕੁਐਸਚਨ ਪੁੱਟ ਕਰਦੇ ਨੇ, ਜਿਵੇਂ ਕਿ ਤੁਹਾਨੂੰ ਕੋਈ ਬਿਮਾਰੀ ਤਾਂ ਨਹੀਂ, ਜਾਂ ਕੋਈ TB ਵਗੈਰਾ ਦੀ, ਜਾਂ ਕੋਈ ਫੈਮਿਲੀ ਦੇ ਵਿੱਚ ਬਿਮਾਰੀ, ਜਾਂ ਕੋਈ ਕੋਈ ਵੀ ਮੈਡੀਸਿਨ ਜਿਹੜੀ ਤੁਸੀਂ ਕੰਜ਼ਿਊਮ ਕਰ ਰਹੇ ਹੋ, ਹੈ ਨਾ, ਵੀ ਕੋਈ ਵੀ ਬਿਮਾਰੀ ਦੀ ਮੈਡੀਸਿਨ ਤੁਹਾਡੀ ਚੱਲ ਰਹੀ ਹੈ ਨਾ, ਅਤੇ ਜਾਂ ਫਿਰ ਕੋਈ ਨਸ਼ਾ ਵਗੈਰਾ ਜਾਂ ਹੈ ਨਾ ਕੰਜ਼ਿਊਮ ਕਰਦੇ ਹੋ ਤੁਸੀਂ, ਠੀਕ ਹੈ ਜੀ, ਇਹ ਕੁਛ ਸਵਾਲ ਉਹ ਪੁੱਛਣਗੇ। ਉਸ ਤੋਂ ਬਾਅਦ ਉਹ ਤੁਹਾਡਾ ਫਿਜ਼ੀਕਲੀ ਚੈੱਕਅਪ ਕਰਨਗੇ ਵੀ ਕਿੱਥੇ ਤੁਹਾਡੀ ਬੋਡੀ 'ਤੇ ਟੈਟੂ ਬਣਿਆ ਹੋਇਆ ਜਾਂ ਸੱਟ ਦਾ ਕੋਈ ਨਿਸ਼ਾਨ ਹੈਗਾ, ਹੈ ਨਾ। ਉਸ ਤੋਂ ਬਾਅਦ ਜੇਕਰ ਤੁਹਾਡੇ ਟੈਟੂ ਬਣਿਆ ਹੋਇਆ ਹੈਗਾ ਤਾਂ ਉਹ ਉੱਥੇ ਉਹ ਲਿਖ ਕੇ ਦੇ ਦਿੰਦੇ ਨੇ, ਜਿਵੇਂ ਤੁਸੀਂ ਇੱਥੇ ਦੇ ਸਕਦੇ ਹੋ, ਉਹ ਆਪਾਂ ਲਿਖ ਕੇ ਦੇ ਦਿੰਦੇ ਵੀ ਟੈਟੂ ਦਾ ਟੈਸਟ ਕਰਵਾਉਣਾ ਗਾ, ਟੈਟੂ ਉੱਤੇ ਲਿਖਿਆ ਹੁੰਦਾ ਗਾ, ਅਤੇ ਆਪਾਂ ਉਹਦੇ ਰਿਸੈਪਸ਼ਨ 'ਤੇ ਜਾਣਾ ਗਾ। ਉਸ ਤੋਂ ਬਾਅਦ ਉਹ ਫੀਸ ਚਾਰਜ ਕਰਦੇ ਨੇ ਉੱਥੇ ਡਾਕਟਰ ਦੇ ਰਿਸੈਪਸ਼ਨ ਦੇ ਉੱਤੇ। ਉਸ ਤੋਂ ਬਾਅਦ ਆਪਾਂ ਫਿਰ ਉੱਥੇ ਹੀ ਜਾਣਾ ਹੁੰਦਾ ਜਿੱਥੇ ਆਪਾਂ ਬਲੱਡ ਕਲੈਕਟ ਕਰਵਾਇਆ ਹੁੰਦਾ ਗਾ, ਅਤੇ ਉੱਥੇ ਜਾ ਕੇ ਜੇਕਰ ਉਹਨਾਂ ਨੇ ਪਹਿਲਾਂ ਹੀ ਬਲੱਡ ਕਲੈਕਟ ਕਰ ਲਿਆ ਤੁਹਾਡਾ, ਫਿਰ ਤੁਸੀਂ ਜਾ ਕੇ ਉੱਥੇ ਸਾਈਨ ਕਰਕੇ ਉਹਨਾਂ ਨੇ ਦੇ ਦੇਣੇ ਆ। ਉਸ ਤੋਂ ਬਾਅਦ ਤੁਸੀਂ ਜਾਣਾ ਗਾ ਮੈਂ ਰਿਸੈਪਸ਼ਨ ਦੇ ਉੱਤੇ, ਮੈਂ ਰਿਸੈਪਸ਼ਨ ਦੇ ਉੱਤੇ ਜਾ ਕੇ ਉਹ ਡਾਕੂਮੈਂਟ ਹੁੰਦੇ ਆ ਉਹ ਆਪਾਂ ਉਹਨਾਂ ਨੂੰ ਦੇ ਦੇਣੇ ਆ, ਉਹਨਾਂ ਨੇ ਸਟੈਂਪ ਕਰਕੇ ਅਤੇ ਸਾਈਨ ਕਰਕੇ ਆਪਾਂ ਨੂੰ ਉਹ ਡਾਕੂਮੈਂਟ ਦੇ ਦੇਣੇ ਆ, ਅਤੇ ਆਪਣਾ ਮੈਡੀਕਲ ਪੂਰਾ ਹੋ ਜਾਂਦਾ ਗਾ। ਤਾਂ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਫੀਸ ਦੇ ਬਾਰੇ। ਫੀਸ ਜਿਹੜੀ ਹੈਗੀ ਆ ਉਹ ਲੋਕੇਸ਼ਨ ਦੇ ਹਿਸਾਬ ਨਾਲ ਅੱਡ ਅੱਡ ਹੁੰਦੀ ਆ। ਜਿਵੇਂ ਕਿ ਮੈਂ ਪਹਿਲਾਂ ਚੰਡੀਗੜ੍ਹ ਹੋਸਪਿਟਲ ਦੇ ਵਿੱਚ ਪੁੱਛਿਆ ਸੀਗਾ, ਅਤੇ ਉਹਨਾਂ ਨੇ ਮੈਥੋਂ ਫੀਸ ਮੰਗੀ ਸੀਗੀ 6500 ਰੁਪਇਆ ਉਹਨਾਂ ਨੇ ਫੀਸ ਕਿਹਾ ਸੀ, ਅਤੇ ਵਿਦ ਟੈਟੂ ਉਹਨਾਂ ਨੇ 3800 ਰੁਪਇਆ ਐਕਸਟਰਾ ਦੱਸਿਆ ਸੀ ਮੈਨੂੰ। ਪਰ ਮੈਂ ਆਪਣਾ ਮੈਡੀਕਲ ਲੁਧਿਆਣੇ ਕਰਵਾਇਆ ਤਾਂ ਲੁਧਿਆਣੇ ਵਾਲਿਆਂ ਨੇ ਮੈਥੋਂ ਲਿਆ 6000 ਰੁਪਇਆ ਮੈਡੀਕਲ ਦਾ, ਅਤੇ ਜਿਹੜੀ ਆਪਾਂ ਔਨਲਾਈਨ ਰਜਿਸਟ੍ਰੇਸ਼ਨ ਕਰਵਾਉਣੀ ਹੁੰਦੀ ਆ, ਅਤੇ 150 ਰੁਪਇਆ ਉਹਨਾਂ ਨੇ ਉਸ ਚੀਜ਼ ਦਾ ਲਿਆ। ਅਤੇ ਹੁਣ ਮੈਂ ਗੱਲ ਕਰਾਂ ਵੀ ਟੈਟੂ ਦੀ ਕਿੰਨੀ ਫੀਸ ਲਈ ਆ ਮੇਰੀ ਟੈਟੂ ਮੈਡੀਕਲ ਦੀ, ਤਾਂ ਉਹ ਉਹਨਾਂ ਨੇ ਲਈ ਆ 850 ਰੁਪਇਆ, ਅਤੇ ਉਹ ਆਪਾਂ ਨਾਲ ਦੀ ਨਾਲ ਉੱਥੇ ਹੀ ਭਰਨੀ ਹੁੰਦੀ ਹੈ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਗਾ। ਤਾਂ ਇਹ ਸੀ ਆਪਣੇ ਫੀਸ ਦੀ। ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ, ਅਤੇ ਬੈੱਲ ਦਾ ਆਈਕਨ ਆਪਣਾ ਨਾ ਭੁੱਲਿਓ, ਤਾਂ ਜੋ ਤੁਹਾਨੂੰ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ। ਅਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰ ਦਿਓ। ਤੁਹਾਡੀ ਕੋਈ ਵੀ ਇਨਕੁਆਇਰੀ ਹੋਵੇ ਰਿਲੇਟਡ ਟੂ ਵੀਜ਼ਾ ਮੈਡੀਕਲ ਜਾਂ ਫੀਸ ਦੇ ਬਾਰੇ ਕੋਈ ਵੀ, ਹੈ ਨਾ, ਤਾਂ ਤੁਸੀਂ ਕਮੈਂਟਾਂ ਦੇ ਵਿੱਚ ਮੈਨੂੰ ਜ਼ਰੂਰ ਲਿਖ ਦਿਓ, ਜਿੰਨੀ ਹੋ ਸਕੀ ਮੈਂ ਤੁਹਾਡੀ ਹੈਲਪ ਕਰੂੰਗਾ।